ਵਾਇਗੁਰਜੀ ਕਾਕਾ ਉਸਾਰ ਵਾਇਗੁਰਜੀ ਦੇ ਸੱਤੇ ਅੱਜ ਇੱਥੇ ਕਾਫੀ ਗੱਲਾਂ ਹੋ ਰਹੀਆਂ ਪਈ ਸਾਨੂੰ ਮੈਸੇਜ ਵੀ ਆ ਰਹੇ ਆ ਪਈ ਤੁਸੀਂ ਅਮ ਸਿਰਿਆਜ ਗੋਸ਼ ਕਰਨਾ ਚਾਹੁੰਦੇ ਪਰ ਅੱਜ ਸਵੇਰੇ ਤੱਕ ਦੇਰ ਤੱਕ 25 ਟੀਮ ਨੂੰ ਮੈਸੇਜ ਆ ਗਿਆ ਪਈ ਕੁਝ ਕਰੋ ਸਿਰਿਆ ਦਾ ਤੇ ਸਿਰਿਆ ਦੇ ਵਿੱਚ ਜੋ ਹੋ ਰਿਹਾ ਹੈ ਆ ਅਸੀਂ ਜਾ ਕੇ ਸੇਵਾ ਕਰਨੀ ਆ ਤੇ ਸਾਨੂੰ ਲਾਲ ਲੈ ਕੇ ਜਾਓ ਪੰਨੇ ਕਿੰਨੇ ਮੈਸੇਜ ਆਏ ਮੈਨੂੰ ਤੇ ਹੋਰ ਵੀ ਕਿੰਨੇ ਮੈਸੇਜ ਮੈਨੂੰ ਆਏ ਫੇਸਬੁੱਕ ਤੇ ਆਏ ਟਵਿੱਟਰ ਤੇ ਆਏ ਇੰਸਟਾਗ੍ਰam ਤੇ ਆਏ ਭਈ ਆ ਕਾਜ਼ੈਕ ਸਰੀਅਨ ਬੱਚਿਆਂ ਲਈ ਕਿਉਂ ਨਹੀਂ ਕੋਸ਼ਿਸ਼ ਕਰ ਰਹੇ ਜਾ ਕੇ ਕਰੇ ਜਾ ਕੇ ਮੋਰੇ ਪਰ ਅੱਜ ਕੱਲ ਮੇਰੇ ਖਾਲੇ ਮਾੜਿਆ ਰਿਵਾਜ ਬਣ ਗਿਆ ਜਦੋਂ ਕੋਈ ਚੀਜ਼ ਮੀਡੀਆ ਵਿੱਚ ਆਉਂਦੀ ਆ ਫੇ ਅਸੀਂ ਸਾਰੇ ਟੱਪ ਲੈਂਦੇ ਤੇ ਜਦੋਂ ਕੋਈ ਚੀਜ਼ ਮੀਡੀਆ ਨਹੀਂ ਆਉਂਦੀ ਇਹਦਾ ਮਤਲਬ ਭਈ ਉਹ ਬੰਦੇ ਬੱਚੇ ਤਰਸ ਨਹੀਂ ਰਹੇ ਇਹਨਾਂ ਦਾ ਜਿਹੜਾ ਸੀਰੀ ਦਾ ਜੰਗ ਲੱਗਾ ਹੈ 2011 ਤੇ 12 ਦਾ ਸਾਡੇ ਮੈਂ ਪਹਿਲਾਂ ਸਿਰਿਆਂ ਜਿਹੜੇ ਲੋਕਾਂ ਦੀ ਮਦਦ ਕਰਨ ਗਿਆ ਸੀ ਰਫੂਜੀਆ ਦੀ 2014 ਵਿੱਚ ਲੈਬਨਨ ਵਿੱਚ 4 ਸਾਲ ਹੋ ਗਏ ਤੇ ਪਿਛਲੇ 2 ਮਹੀਨੇ ਵਿੱਚ ਮੈਂ ਦੋ ਵਾਰੀ ਫੇਰ ਜਾ ਕੇ ਆਇਆ ਹਰ 4-5 ਮਹੀਨੇ ਅਸੀਂ ਜਾਂਦਾ ਲੈਬਨਨ ਉੱਥੇ ਖਾਣਾ ਪੀਣਾ ਛੱਡਣ ਲਈ ਰਫੂਜੀਆ ਲਈ ਨਿੱਕੇ ਬੱਚਿਆਂ ਦਾ ਆਪਰੇਸ਼ਨ ਕਰਾਉਣ ਮੈਡੀਕਲ ਹੁਣ ਵੀ ਦੋ ਆਪਰੇਸ਼ਨ ਕਰਾਏ ਆ ਦੋ ਆਪਰੇਸ਼ਨ ਹੋਰ ਹੋ ਰਹੇ ਆ ਫੇਰ ਜਦੋਂ 2014-15 ਵਿੱਚ ਜਦੋਂ ਭਈ ਸੀਰੀਆ ਦੇ ਰਫੂਜੀ ਯੂਰਪ ਚਾਏ ਸਾਡੀ ਟੀਮ ਗ੍ਰੀਸ ਨੇ ਜਾ ਕੰਮ ਕੀਤਾ ਨਿਕਾਯਾ ਟਾਪੂ ਉੱਥੇ ਅਨਾਗਾ ਕਿਓਸ ਉੱਥੇ ਜਾ ਕੇ ਮਦਦ ਕੀਤੀ ਸਰਬਿਆ ਵਿੱਚ ਕੀਤੀ ਕਰੋਸ਼ੀਆ ਵਿੱਚ ਕੀਤੀ ਜਿੱਥੇ ਵੀ ਯੂਰਪ ਵਿੱਚ ਪ੍ਰੋਬਲਮ ਹੈ ਰਫੂਜੀ ਆ ਗ੍ਰੀਸ ਦੇ ਸੀਰੀਆ ਦੇ ਉੱਥੇ ਮਦਦ ਕੀਤੀ ਤੇ ਹੁਣ ਇਸ ਵੇਲੇ ਹੁਣ ਵੀ ਰਾਈਟ ਨਾਓ ਇਸ ਵੇਲੇ ਸਾਡਾ ਬੂਟਾ ਸਿੰਘ ਜਸਪ੍ਰੀਤ ਸਿੰਘ ਤੇ ਸਾਡਾ ਵੱਡਾ ਇੱਕ ਹੈਗਾ ਕੋਆਰਡੀਨੇਟਰ ਲੂਈ ਤਿੰਨ ਜਾਨੀ ਇਸ ਵੇਲੇ 터ਕੀ ਕੈਂਪਾਂਚ ਕੰਮ ਕਰ ਰਿਹਾ ਸਰੀਆ ਰੈਫਿਊਜੀ ਕੈਂਪਾਂ ਵਿੱਚ ਸੋ ਸਾਡਾ ਸੋ ਸਾਡਾ ਕੰਮ ਚੱਲੀ ਜਾਂਦਾ 2014 ਤੋਂ ਜਿੱਥੇ ਇਸ ਵੇਲੇ ਸਰੀਆ ਦੇ ਵਿੱਚ ਤੁਹਾਨੂੰ ਫੋਟੋਆਂ ਦਿਸਦੀਆਂ ਉਹ ਜਿਹੜੇ ਬੱਚੇ ਮਸੀ ਕੋਈ ਨਿਕਲਦੇ बच ਕੇ ਜਾਂ ਰਫੂਜੀ ਨਿਕਲਦੇ बच ਕੇ ਸਾਡੇ ਬਾਰੇ ਪਹਿਲਾਂ ਮੂਰੇ ਹੁੰਦੇ ਸਾਡੇ ਵਰਗੇ ਉੱਥੇ ਬਾਰਡਰਾਂ ਵਿੱਚ ਕੰਮ ਕਰਨਾ ਔਖਾ ਬਹੁਤ ਸਪੈਸ਼ਲੀ ਇਰਾਕ ਵੱਲ ਔਰ ਆਕ ਤੇ ਸਰੀਆ ਦਾ ਬਾਰਡਰ ਜਿਹੜਾ ਇਹ ਦਾ ਟਾਰਕੀ ਵਿੱਚ ਜਦੋਂ ਸਾਡੀ ਟੀਮ ਕਨਵਰ ਸਿੰਘ ਦੀ ਤੇ ਲੂਈ ਮਰਖ ਨਾਲ ਗਿਆ ਸੀ 2 ਸਾਲ ਪਹਿਲਾਂ 1.5-2 ਸਾਲ ਉੱਥੇ ਟਾਰਕੀ ਉਸ ਅਸੀਂ ਸ਼ੁਰੂ ਕੀਤਾ ਕੰਮ ਉੱਥੇ ਬੋਰਡਰ ਸ਼ਹਿ ਰਿਹਾ ਤੇ ਦੋ ਵੱਡੇ ਵੱਡੇ ਬੰਮ ਚੱਲੇ ਸਾਡੀ ਟੀਮ ਅਸੀਂ ਦੂਜੇ ਪਾਸੇ ਬਚ ਗਏ ਸੀਗੇ ਉਹਦੇ ਵਿੱਚ ਵੀ ਆ ਸਕਦੇ ਸੀਗੇ ਜਦੋਂ ਬੋਰਡਰ 'ਚ ਕੰਮ ਕਰੀਦਾ ਪਤਾ ਨਹੀਂ ਕਿਹੜਾ ਬੰਦਾ ਕਿਹੜਾ ਜਹਾਜ਼ ਕਿੱਥੋਂ ਵੀ ਕੋਈ ਬੰਮ ਸਿਰ ਸਕਦਾ ਜੇ ਤੁਸੀਂ ਮੈਨੂੰ ਮੈਸੇਜ ਭੇਜਦੇ ਤੇ ਸੀਰੀਅਲ ਆ ਦਾ ਕੁਝ ਕਰਨਾ ਚਾਹੁੰਦੇ ਤੇ ਸਾਨੂੰ ਸੀਰੀਅਲ ਲੈ ਕੇ ਜਾਓ ਤੁਸੀਂ ਪਹਿਲਾਂ ਆਪਣਾ ਪੰਜਾਬ ਸ਼ੁਰੂ ਕਰੋ ਕੰਮ ਸਾਡੇ ਨਾਲ ਤੁਹਾਨੂੰ ਅਸੀਂ ਦੇਖਾਂਗੇ ਤੁਹਾਡੀ ਆਦਤ ਕਿਦਾਂ ਦੀ ਆ ਵੀ ਤੁਹਾਡੇ ਕਿਦਾਂ ਤੁਸੀਂ ਵੋਲੰਟੀਅਰ ਕਿਦਾਂ ਕਰਦੇ ਆ ਸੀਰੀਆ 'ਚ ਕੋਈ ਜਾਣ ਨਹੀਂ ਸਕਦਾ ਸੀਰੀਆ ਦੇ ਵਿੱਚ ਆਸ ਵਿੱਚ ਜੇ ਮੈਂ ਤੁਹਾਨੂੰ ਸਮਝਾਉਣਾ ਕੀ ਗੱਲ ਹੋ ਰਹੀ ਪਹਿਲਾਂ ਜਦੋਂ ਲੈਪੋ ਦੇ ਦੂਜੇ ਵੱਡੇ ਵੱਡੇ ਸ਼ਹਿਰ ਹੁੰਦੇ ਸੀਗੇ ਜਿੱਥੇ ਜੰਗ ਲੱਗਾ ਸੀਗਾ ਉਹਦੇ ਵਿੱਚ ਇੱਕ ਪਾਸੇ ਸੀਰੀਅਨ ਤੇ ਰਸ਼ੀਨ ਆਰਮੀ ਦੂਜੇ ਪਾਸੇ ਉਹਨਾਂ ਦੇ ਹੋਰ ਰੈਬਲ ਗਰੁੱਪ ਤੇ ਜੇ ਪਾਸੇ ਕੋਈ ਹੋਰ ਰੈਬਲ ਗਰੁੱਪ ਇੱਕ ਸ਼ਹਿਰ ਦੇ ਵਿੱਚ ਚਾਰ ਚਵੇਰੇ ਪਏ ਹੁੰਦੇ ਡਿਫਰੈਂਟ ਗਰੁੱਪਾਂ ਦੇ ਚਾਰੋਂ ਪਾਸੋਂ ਬੰਬ ਨਿਕਲੇ ਸਿਰਦੇ ਹਥੌਂਕਾਂ ਉੱਪਰ ਹੁਣ ਵੀ ਜਿੱਥੇ ਲੱਗਾ ਈਸ ਗੂਟਾ ਜਾਂ ਗੂਟਾ ਕਹਿੰਦੇ ਏਰੀਆ ਨੇ ਉੱਥੇ ਮੈਂ ਗੱਲ ਕਰਕੇ ਆਜੀ ਪਿਛਲੇ ਮਹੀਨੇ ਵੀ ਅਸੀਂ ਕੁਝ ਕਰਨਾ ਸੀ ਉਹਨੇ ਬੱਚਿਆਂ ਦਾ ਜਿੱਥੇ ਤੁਸੀਂ ਫੋਟੋ ਦੇਖ ਰਹੇ ਹੋ ਪਰ ਉੱਥੇ ਰਸ਼ੀਅਨ ਗਵਰਨਮੈਂਟ ਤੇ ਸੀਰੀਅਨ ਗਵਰਨਮੈਂਟ ਤੇ ਰੈਬਲਜ਼ ਇਹ ਇੱਕ ਦੂਜੇ ਦੇ ਖਿਲਾਫ ਪ੍ਰੋਪਾਗੈਂਡਾ ਬਹੁਤ ਚੱਲ ਰਿਹਾ ਬੱਚੇ ਮੋ ਮਾਰ ਰਹੇ ਆ ਆਮ ਬੰਦੇ ਬਹੁਤ ਮਾਰ ਰਹੇ ਆ ਉੱਥੇ ਕੋਈ ਜਾ ਨਹੀਂ ਸਕਦਾ ਉੱਥੇ ਗਿਆ ਵੀ ਉੱਥੇ ਤੁਹਾਨੂੰ ਪਹਿਲਾਂ ਰਸ਼ੀਅਨ ਨੂੰ ਰੋਕ ਲੈਣਾ ਜਾਂ ਸੀਰੀਅਨ ਨੂੰ ਰੋਕ ਲੈਣਾ ਪਰ ਅੰਦਰ ਹੀ ਜਾਣ ਦੇਣਾ ਸੋ ਪਰ ਜਿਹੜੇ ਬਾਹਰ ਕਿਸਮਤੀ ਵਾਲੇ ਨਿਕਲ ਗਏ ਬਾਹਰ ਲੈਬਨਨ ਚ ਬੈਠੇ ਆ ਉਹ ਜਿਹੜਾ ਲੈਬਨਨ ਦੀ ਮੈਂ ਤੁਹਾਨੂੰ ਗੱਲ ਕਰ ਤਾ ਸਰੀ ਦੀ ਗੱਲ ਕਰਦਾ ਉੱਥੇ ਅਸੀਂ ਲੈਬਨਨ ਦੇ ਵਿੱਚ ਬੱਚੇ 3 ਤੋਂ 7 ਸਾਲ ਦੇ ਜਿਹੜੇ ਬੱਚੇ ਆ ਉਹਦੇ ਅਸੀਂ ਸੌਰੀ 3 ਤੋਂ 5 ਸਾਲ ਦੇ ਬੱਚੇ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਨਵਰੀ ਵਿੱਚ ਉਹ ਹੈਗਾ ਵੀ ਇਹਨਾਂ ਨੂੰ ਅਸੀਂ ਬ੍ਰੈਕਫਾਸਟ ਦਿੰਨੀ ਬੱਚਿਆਂ ਨੂੰ ਸਰੀਨ ਰੈਫਿਜੀ ਬੱਚਿਆਂ ਨੂੰ ਉਹ ਬਚਾਰੇ ਕਿ ਬਾਪੇ ਕੋਈ ਵੇਲੇ ਕੁਝ ਹੁੰਦਾ ਨਹੀਂ ਖਾਣ ਦੇਣ ਨੂੰ ਉਹ ਸਾਡੀ ਆਰਗੇਨਾਈਜੇਸ਼ਨ ਹੈਗੀ ਉੱਥੇ ਇੱਕ ਲੋਕਲ ਉਹਨਾਂ ਦੀ ਆਰਬਾਂ ਦੀ ਲਿਖਿਆ ਜਸੂਰ ਆਰਗੇਨਾਈਜੇਸ਼ਨ ਉਹ ਕਹਿੰਦੇ ਜਦੋਂ ਮੈਂ ਪਿਛਲੇ ਵਾਰੀ ਗਿਆ ਜਨਵਰੀ ਚ ਸ਼ੁਰੂ ਕੀਤਾ ਸੀ ਪ੍ਰੋਗਰਾਮ ਹੁਣ ਮੈਂ ਪਿਛਲੇ 2 ਹਫ਼ਤੇ ਪਹਿਲਾਂ ਜਾ ਕੇ ਆਇਆ ਉਹ ਇੰਨੇ ਖੁਸ਼ ਹੋਏ ਪਈ ਉਹ ਕਹਿੰਦਾ ਜਿਹੜੇ ਨਿੱਕੇ ਨਿੱਕੇ ਬੱਚੇ ਹੁਣ ਹੋਰ ਵੀ ਆਉਣ ਲੱਗਾ ਇਸ ਸਕੂਲ ਕਹਿੰਦਾ ਸਾਡਾ ਫਿਊਚਰ ਬਚ ਜਾਏਗਾ ਸਰੀਰਾਂ ਦਾ ਜਿਹੜੇ ਸਰੀਰਾਂ ਲੋਕ ਆ ਪਰ ਖੁੱਲੇ ਦਿਲਾਂ ਵਾਲੇ ਆ ਕੋਈ ਕਿਸੇ ਨਫ਼ਰਤ ਨਹੀਂ ਕਰਦੇ ਉਹ ਇੰਨੇ ਖੁਸ਼ ਹੋਏ ਪਈ ਦੇਖੋ ਸਿੱਖਣੇ ਆ ਕੇ ਇੱਥੇ ਇਹ ਸਪੈਸ਼ਲ ਅੰਗਲ ਆ ਨਿੱਕੇ ਬੱਚਿਆਂ ਲਈ ਰੋਜ਼ ਅਸੀਂ ਗੈਰੰਟੀ ਕਰਦੇ ਹ ਇੰਜ ਪਹਿਲਾਂ ਸਦਾ 5000 ਡਾਲਰ ਸੀਗਾ ਮਹੀਨੇ ਦਾ ਖਰਚਾ ਬੱਚਿਆਂ ਦਾ ਖਾਣਾ ਪੀਣਾ ਦਾ ਉਹ ਬ੍ਰੈਡ ਰੋਲ ਤੇ ਖਾਣ ਵਿੱਚ ਫਿਲਿੰਗ ਹੁੰਦੀ ਕੋਈ ਚੀਜ਼ ਦੀ ਜਾਂ ਕੋਈ ਹਾਈ ਪ੍ਰੋਟੀਨ ਦੀ ਦਣੀ ਹੁੰਦੀ ਜਿਹੜੀ ਭਈ ਅਸੀਂ ਕਦੀ ਇਹ ਇਹ ਪ੍ਰੋਨੀਕ ਨਹੀਂ ਦੇਣੀ ਫਰੈਸ਼ਲੀ ਦੇਣੀ ਨਾਟ ਜੂਸ ਹੋਣਾ ਤੇ ਨਾਲ ਇੱਕ ਦਹੀਂ ਨਕੇ ਦਬਾਉਂਦਾ ਤੇ ਜਾਂ ਮਿਲਕ ਸ਼ੇਕ ਦਾ ਮਿਲਕ ਸੋ ਉਹਨਾਂ ਮਾਰਿਆ ਨਿਊਟ੍ਰੀਸ਼ਨ ਮਿਲ ਜਾਂਦਾ ਉਹ ਅਸੀਂ ਹੁਣ ਜਦੋਂ ਗੱਲ ਕਰਕੇ ਅਸੀਂ ਉਹ ਬਰੇ ਬੜੇ ਚੰਗੇ ਬੰਦੇ ਆ ਕਹਿੰਦੇ ਜਿਹੜਾ 5000 ਸੀ ਅਸੀਂ 25 ਦਾ ਕਰਤਾ ਜੀ ਆਪੇ ਬਣਾਉਣ ਲੱਪੈ ਰੋ ਤੁਸੀਂ ਬਾਹਰ ਨਹੀਂ ਬਣਾਉਦੇ ਉਹ ਇੱਕ ਪਾਸੇ ਹੋ ਗਿਆ ਸਾਡਾ ਪ੍ਰੋਜੈਕਟ ਉਹ ਹੁਣ ਵੱਧ ਰਿਹਾ ਉਹ ਹੁਣ ਵੱਧ ਰਿਹਾ ਪ੍ਰੋਜੈਕਟ ਤੇ ਦੂਜੇ ਪਾਸੇ ਟਰਕੀ ਦੇ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਐਸ ਵੇਲੇ ਬੈਠੀ ਤਿੰਨ ਮੁੰਡਿਆਂ ਦੀ ਬੁੱਟੇ ਸਿੰਘ ਦੀ ਜਸਪ੍ਰੀਤ ਸਿੰਘ ਦੀ ਤਗਲੂਈ ਮੁੰਡਾ ਐਸ ਵੇਲੇ ਟਰਕੀ ਬੈਠੇ ਸੇਵਾ ਕਰ ਰਹੇ ਆ ਸੋ ਸਾਡਾ ਕੰਮ ਸ੍ਰੀ ਰਫੀਨਾ 4 ਸਾਲ ਦਾ ਚੱਲੀ ਚੱਲੀ ਜਾਂਦਾ ਖਾਲਸਾ ਐਡ ਸਿੱਖਾਂ ਦੀ ਮੋਸਟ ਐਕਟਿਵ ਓਗਨਾਈਜੇਸ਼ਨ ਆ ਜਿਹੜਾ ਮਰਜ਼ੀ ਆ ਕੇ ਮੈਨੂੰ ਪੁੱਛ ਲੈ ਸਾਡੇ ਮੂੰਹ ਤੇ ਸਾਡੇ ਆਪਰੇਸ਼ਨ ਚੱਲ ਰਹੇ ਟਰਕੀ ਵਿੱਚ ਚੱਲ ਰਹੇ ਲੱਭਨੇ ਚੱਲ ਰਾਇ ਮਲਾਵੀਏ ਚੱਲ ਰਾਇ ਹੁਣ ਜ਼ੈਂਬੀਆ ਜਿੱਥੇ ਬਾਰਡਰ ਫੁੱਜੀ ਬੁਖਿਆ ਰਾਇ ਕੋੰਗੋ ਤੋਂ ਬਾਰਡਰ ਤੇ ਉਹ ਨਵਾਂ ਪ੍ਰੋਜੈਕਟ ਖੁੱਲ ਗਿਆ ਹੈ heti ਹਲਤਾ ਵੀ ਹੈ ਜਿਹੜੇ heti ਲੋਕਾਂ ਨੇ ਪੈਸੇ ਇਕੱਠੇ ਕੀਤੇ 2010 ਦੇ ਵਿੱਚ ਮੁੜ ਕੇ ਗਏ ਨਹੀਂ 2 ਮਹੀਨੇ ਬਾਅਦ ਸਾਡਾ 8 ਸਾਲ ਹੋ ਗਿਆ ਇੱਥੇ ਸੇਵਾ ਚੱਲਦੇ ਹਨ ਸੋ ਸਾਡੀ ਸੇਵਾ ਸਾਰੇ ਪਾਸੇ ਚੱਲ ਰਹੀ ਪਰ ਜਿਹੜੇ ਸਰੀ ਯੂਨੀਵਰਸਿਟੀ ਚੀਜ਼ ਆ ਉਹਦਾ ਜਿਹੜਾ ਵੀ ਵਿਚਾਰੇ ਹੁਣ ਬਚ ਕੇ ਬੈਠੇ ਬਾਰਡਰ ਉਪਰ ਉਹਦੀ ਸੇਵਾ ਚੱਲ ਰਹੀ ਆ ਉਹ ਅਸੀਂ ਐਕਸਪੈਂਡ ਵੀ ਕਰਨ ਲੱਗੇ ਆ ਪਰ ਸਾਰਾ ਸੋਚ ਸਮਝ ਕੇ ਚੱਕੀ ਦਾ ਕੰਮ ਸੋ so, 4 ਸਾਲ ਅਸੀਂ ਥਾਂ-ਥਾਂ ਸਿਰੀਆ ਦੀ ਜਮਾਦਤ ਕੀਤੀ ਤੇ ਜਿਹੜੇ ਪ੍ਰੋਜੈਕਟ ਆਲੇ ਆ ਤੁਸੀਂ ਪਹਿਲਾਂ ਉਹਨੂੰ ਸਪੋਰਟ ਕਰੋ ਤੇ ਜਿਹੜੇ ਇਸ ਵੇਲੇ ਤੁਹਾਨੂੰ ਫੋਟੋਆਂ ਦੇ ਸੜਾਈਆਂ ਆ ਸਿਰੀਆ ਵਿੱਚੋਂ ਆ ਕੇ ਉਹਦੇ ਉਹ ਇੱਥੇ ਇੰਨਾ ਭਾਰਾ ਜੰਗ ਲੱਗਾ ਹੈ ਉੱਥੇ ਤਾਂ ਫੌਜ ਵੀ ਕੋਲੋਂ ਇੱਕ ਮਸੀਂ ਜਾ ਸਕਦੀ ਉਹਦੇ ਵਿੱਚ ਜਾ ਕੇ ਉਹਦੇ ਤੁਹਾਨੂੰ ਬਿਲਕੁਲ ਰੋਕ ਦੇਣਾ ਤੁਹਾਨੂੰ ਫੂਡ ਭੇਜਣਾ ਖਾਣਾ ਭੇਜਣਾ ਕਿਉਂਕਿ ਉਹ ਸਾਰਾ ਇੱਕ ਨਿਕਲ ਏਰੀਆ ਆ ਉਹ ਸਾਰਾ ਘੇਰਾ ਪਾਇਆ ਹੈ ਰਸ਼ੀਅਨ ਤੇ ਸਿਰੀਅਨ ਆਰਮੀਨੀ ਤੇ ਵਿੱਚ ਹੈਗੇ ਰੈਵਲਸ ਸੋ ਇਹ ਜੰਗ ਲੱਗ ਜਾਂਦਾ ਦੂਜੇ ਪਾਸੇ ਵੀ ਹੁਣ ਦੇਖਦੇ ਭਈ ਜਿਆਦੀ ਗੱਲਾਂ ਪੱਜੇ ਸਰੀਆ ਵਿੱਚ ਸੋ ਕੰਮ ਕਰਨਾ ਇਹਨਾਂ ਏਰੀਆ ਚ ਔਖਾ ਬਹੁਤ ਹੈ ਸਾਨੂੰ ਆਪ ਪਤਾ ਕਿ ਕਿਸੇ ਮੋਰੀ ਹੋ ਕੇ ਬੋਰਡਾਂ ਉੱਪਰ ਜਾ ਕੇ ਕੰਮ ਕਰ ਰਹੇ ਆ ਤੇ ਹੋ ਵੀ ਗਿਆ ਆ ਉੱਥੇ ਰਿਸਕ ਵੀ ਬਹੁਤ ਹਿੰਦੀ ਆ ਸੋ ਸਾਨੂੰ ਬੜਾ ਮਾਣ ਆ ਪਈ ਸਾਡੀ ਸਿੱਖ ਕੌਮ ਸਾਡੀ ਪੰਜਾਬੀ ਕੌਮ ਭਈ ਸਾਰੇ ਦੁਨੀਆ ਜਾ ਕੇ ਸਰਬੱਤ ਦਾ ਭਲਾ ਮੰਨਰ ਵਾਲੀ ਕੌਮ ਆ ਤੇ ਖਾਸ ਤਰ੍ਹਾਂ ਸਪੋਰਟ ਕਰ ਰਹੀ ਆ ਇਹਦੇ ਸਾਨੂੰ ਬਹੁਤ ਮਾਣਿਆ ਤੇ ਜਦੋਂ ਮੈਂ ਗੱਲ ਕਰਦਾ ਜਿਹੜੇ ਪਈ ਸਿੱਖ ਨਹੀਂ ਹੁੰਦੇ ਬਾਹਰ ਕੈਂਪਾਂ ਵਿੱਚ ਜਾਂ ਕੋਈ ਗੋਲੀ ਉਹ ਨਾ ਦੇ ਚੰਦੇ ਸਾਨੂੰ ਕਹਿੰਦੇ ਪਈ ਤੁਸੀਂ ਇੱਥੇ ਕਿੱਦਾਂ ਫੰਡ ਕਰਦੇ ਤੁਹਾਨੂੰ ਗਵਰਨਮੈਂਟ ਪੈਸੇ ਦਿੰਦੀ ਆ ਮੈਂ ਕਹਿੰਦਾ ਨਹੀਂ ਸਾਨੂੰ ਸਾਨੂੰ ਸੰਗਰ ਦਿੰਦੀ ਮਾਇਆ ਸੇਵਾ ਲਈ ਉਹ ਬੜੇ ਹੈਰਾਨ ਹੁੰਦੇ ਪਈ ਇਹ ਇੰਨਾ ਖਰਚਾ ਇੱਕ ਨਿੱਕੀ ਜਿਹੀ ਕਮਿਊਨਿਟੀ ਕਰ ਰਹੀ ਸਾਡੀ ਕਮਿਊਨਿਟੀ ਕੁਝ ਪੈਸੇ ਦੀ ਘਾਟ ਨਹੀਂ ਗਈ ਸਿੱਖਾਂ ਵਿੱਚ ਕੋਈ ਪੈਸੇ ਨਹੀਂ ਇੱਕ ਜੇ ਨਾ ਪੰਜ ਗੁਰਦੁਆਰੇ ਯੂਕੇ ਵਿੱਚ ਕਹਦੇ ਹੁਣ ਕਿ ਅਸੀਂ ਆਪਣਾ ਦਸਵੰਦ ਕੱਢਾਂਗੇ ਕਹੂ ਦਿਆਂ ਲਈ ਅਸੀਂ ਸਰੰਦਾ ਆਪਾਂ ਪੜ ਲਾਂਗੇ ਪਰ ਸਾਡੀ ਕਿਸਮਤ ਮਾੜੀ ਆ ਅਸੀਂ ਸੋਚਣ ਵਾਲੇ ਨਹੀਂ ਗੇ ਅਸੀਂ ਬਸ ਪੈਸਾ ਜੋੜੀ ਜਣਾ ਉੱਥੇ ਤੇ ਜਿੱਥੇ ਲੋੜੇ ਉੱਥੇ ਲਾਉਣਾ ਨਹੀਂ ਸਾਡਾ ਹੁਣ ਉੱਥੇ ਜਿਹੜਾ ਭਈ ਸਾਡਾ ਮੇਰੇ ਖਾਲ ਇਸ ਸਾਲ ਤੋਂ ਮਿਲੀਅਨ ਮਿਲੀਅਨ ਹਾਫ ਪਾਉਂਡਸ ਦਾ ਖਰਚਾ ਹੋਣਾ ਕੈਂਪਾਂ ਵਿੱਚ ਸੋ ਵਧੀ ਜਾਂਦਾ ਪਰ ਸਾਨੂੰ ਬਸ ਸਾਨੂੰ ਸੋਚਣਾ ਪੈਣਾ ਭਈ ਅਸੀਂ ਕਿੱਧਰ ਜਾ ਰਹੇ ਆ ਕਿੱਧਰ ਪ੍ਰੋਜੈਕਟ ਚੱਲ ਰਹੇ ਆ ਕਿੱਧਰ ਅਸੀਂ ਇੱਕ ਦੂਜੀ ਦੀ ਮਦਦ ਕਰੀਏ ਸੋ ਅਸੀਂ ਚੱਲੀ ਜਾਂਦੇ ਆ ਪਰ ਅਸੀਂ ਪਰ ਸਾਡੀ ਓਰਗਨਾਈਜੇਸ਼ਨ ਜਿਹੜੀ ਹੈਗੀ ਰਜਿਸਟਰ ਸਾਨੂੰ ਫੇਰ ਕਦਮ ਖਿਆਲ ਨਾਲ ਚੱਕਣਾ ਪੈਣਾ ਕਿਉਂਕਿ ਮਿਡਲ ਈਸਟ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਨਹੀਂ ਪੇ ਸਿੱਧੇ ਅਸੀਂ 50000 ਰੁਪਏ ਭੇਜ ਸਕਦੇ ਹਾਂ ਇੱਕ ਥਾਂ ਤੇ ਇਰਾਕ ਕੀ ਕਰ ਸਕਦੇ ਖੁੱਲੇ ਤਰ੍ਹਾਂ ਇਰਾਕ ਦੇ ਵਿੱਚ ਵੀ ਇੱਕ ਪ੍ਰੋਬਲਮ ਵੀ ਹੈ ਤਾਂ ਹੀ ਸਾਨੂੰ ਇਹ ਤੇ ਗਵਰਨਮੈਂਟ ਪੁੱਛਦੀ ਆ ਵੀ ਤੁਸੀਂ ਕਿਸ ਸੰਸਥਾ ਨੂੰ ਗਲਤ ਸੰਸਥਾ ਨੂੰ ਫੰਡਸ ਨਹੀਂ ਕਰ ਰਹੇ ਸੋ ਸਾਨੂੰ ਸਾਰਾ ਚੰਗੀ ਤਰ੍ਹਾਂ ਉੱਥੇ ਬੰਦੇ ਕਿੱਦਾਂ ਦੇ ਮੋਹਰੇ ਹੁੰਦੇ ਉਹਨਾਂ ਦਾ ਚੈੱਕਅਪ ਕਰਨਾ ਪੈਂਦਾ ਹੈ ਉਹ ਬੰਦੇ ਠੀਕ ਆ ਹੋਰ ਨਾ ਭਈ ਅਸੀਂ ਕਿਸੇ ਗਲਤ ਬੰਦੇ ਨੂੰ ਪੈਸੇ ਉਹ ਜੇ ਕਿਸੇ ਹੋਰ ਕੋਈ ਗਲਤ ਪੈਸੇ ਲਾਵੇ ਅਸੀਂ ਕਿਸੇ ਨੂੰ ਦਿੰਦੇ ਨਹੀਂ ਇਦਾਂ ਪੈਸੇ ਅਸੀਂ ਆਪ ਜਾ ਕੇ ਜਾਈਦਾ ਤਾਂ ਹੀ ਸਾਡੀ ਜਿਹੜੀ ਰਿਸਕ ਹੁੰਦੀ ਆ ਰਿਸਕ ਜ਼ਿਆਦਾ ਹੁੰਦੀ ਆ ਕਿਉਂਕਿ ਸਾਨੂੰ ਆਪਣਾ ਦੇਖਣਾ ਪੈਂਦਾ ਤੁਹਾਨੂੰ ਤੁਹਾਡੀ ਆਪਣੀ ਜਾਨ ਕਿਸੇ ਹੋਰ ਦੇ ਉੱਪਰ ਯਕੀਨ ਕਰਕੇ ਭਰੋਸਾ ਕਰਕੇ ਜਿੱਦਾਂ ਸਿਰ ਤਲੀ ਤੇ ਰੱਖ ਕੇ ਜਾਣਾ ਪੈਂਦਾ ਤੇ ਜਿੰਨੀ ਮਰਜ਼ੀ ਗੱਲ ਫੋਨ ਤੇ ਕਰ ਲਓ ਕਿਸੇ ਨਾਲ ਜਿੰਨੀ ਮਰਜ਼ੀ ਰਿਸਰਚ ਕਰ ਲਓ ਉਹ ਜੇ ਬੰਦਾ ਦੂਜੇ ਪਾਸੇ ਬੇਈਮਾਨ ਨਿਕਲਿਆ ਤੁਹਾਨੂੰ ਵੇਚ ਸਕਦਾ ਬੋਰਡਰਾਂ ਤੇ ਸੋ ਤੁਹਾਨੂੰ ਜਿੱਥੇ ਮਰਜ਼ੀ ਬੋਰਡਰਾਂ ਤੇ ਖਿੱਚ ਲਿਆ ਹੋ ਸਕਦੀ ਆ ਤੇ ਫੇਰ ਬਸ ਉੱਥੋਂ ਦਾ ਫੇਰ ਬਸ ਕੀ ਕਹਿੰਦੇ ਪੰਜਾਬੀ ਪੱਠਾ ਵੇਚਣ ਦਾ ਫੈਸਲਾ ਪਰ ਸਾਰਾ ਕੁਝ ਸੋਚ ਸਮਝ ਕੇ ਹਾਂ ਸਾਨੂੰ ਦੁੱਖ ਆ ਜੇ ਤੁਹਾਨੂੰ ਦੁੱਖ ਨਾ ਹੁੰਦਾ ਤੁਸੀਂ ਸਾਨੂੰ ਮੈਸੇਜ ਨਹੀਂ ਭੇਜਦੇ ਜੇ ਤੁਹਾਨੂੰ ਦੁੱਖ ਨਾ ਹੁੰਦਾ ਤੁਸੀਂ ਸਾਨੂੰ ਸਪੋਰਟ ਨਾ ਕਰਦੇ ਜੇ ਤੁਹਾਨੂੰ ਦੁੱਖ ਨਾ ਹੁੰਦਾ ਤੁਸੀਂ ਆ ਸਾਡੇ ਵੀਡੀਓ ਨਹੀਂ ਦੇਖਦੇ ਵੀਡੀਓ ਨਹੀਂ ਸ਼ੇਅਰ ਕਰਦੇ ਤੁਹਾਨੂੰ ਦੁੱਖ ਆ ਸਾਨੂੰ ਬੜੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪਰ ਸਾਡੇ ਸਪੈਸ਼ਲੀ ਨੌਜਵਾਨ ਕੁੜੀਆਂ ਮੁੰਡੇ ਅੱਜਕੱਲ ਇਹ ਦੁਨੀਆ ਵਿੱਚ ਜੋ ਦੇਖ ਰਹੇ ਆ ਦੇਖ ਕੇ ਕਹਿੰਦੇ ਵੀ ਐਕਸ਼ਨ ਕਰੋ ਕੁਝ ਕਰੋ ਇਹਨਾਂ ਦਾ ਇਹ ਨਹੀਂ ਕਹਿੰਦੇ ਨਹੀਂ ਜੀ ਉਹ ਤਾਂ ਮੁਸਲਮਾਨੀ ਆ ਉਹ ਤਾਂ ਕੁਝ ਕਰ ਨਹੀਂ ਇਹਦੇ ਵਿੱਚ ਹੈਗੇ ਆ ਮੈਨੂੰ ਇਹਦੇ ਮੈਸੇਜ ਆਉਂਦੇ ਆ ਜਿਹੜੇ ਭਈ ਸਾਡੇ ਰਾਈਟ ਵਿੰਗ ਇੰਡੀਅਨ ਗਰੁੱਪ ਆ ਭਈ ਤੁਸੀਂ ਮੁਸਲਮਾਨ ਦੀ ਮਦਦ ਕਿਉਂ ਕਰਦੇ ਆ ਉਹ ਦੇਖੋ ਜੀ ਤੁਹਾਡੇ ਗੁਰੂਆਂ ਨੇ ਗੁਰੂਆਂ ਤੇ ਆ ਕੀਤਾ ਉਹਨਾਂ ਨੇ ਪਰਚਾਰਾਸ਼ਾ ਗੱਲ ਨਹੀਂ ਕਰਨੀ ਭਈ ਕਿੰਨੇ ਬੰਦੇ ਇੱਕ ਦਿਨ 'ਚ ਸਾਡੇ ਮਾਰੇ ਪੁੱਠੇ ਪਸੰ ਲਾਈ ਜਾਣਾ ਭਈ ਅਸੀਂ ਮੁਸਲਮਾਨ ਨਫਰ ਕਰੀਏ ਭਈ ਰਫੂਜੀ ਆ ਇਹ ਅਸੀਂ ਤਾਂ ਧਰਮ ਨਹੀਂ ਦੇਖਦੇ ਬੱਚੇ ਦੇਖੋ ਤੁਹਾਨੂੰ ਬੱਚਿਆਂ ਦੀ ਫੋਟੋਆਂ ਦੇਖ ਕੇ ਤੁਹਾਨੂੰ ਦੁੱਖ ਲੱਗਾ ਉਹ ਬੱਚੇ ਆਪਣੇ ਬੱਚੇ ਹੋਰ ਗਿਆ ਜਦੋਂ ਮੈਨੂੰ ਕੋਈ ਪੁੱਛਦਾ ਭਈ ਇਹ ਤੁਸੀਂ ਹੈਲਪ ਕਰਦੇ ਆ ਇਹ ਬੱਚਾ ਜਿਹੜੇ ਵੀ ਸ੍ਰੀ ਹਨ ਬੱਚੇ ਹੋਣ ਰਾਕੀ ਬੱਚੇ ਹੋਣ ਉਹ ਬੱਚੇ ਸਾਨੂੰ ਆਪਣੇ ਆਪ ਦਿਸਦੇ ਆ ਸਾਡੇ ਆਪਣੇ ਬੱਚੇ ਸਾਨੂੰ ਦਿਸਦੇ ਆ ਬੱਚਿਆਂ ਨੇ ਕੋਈ ਗਲਤ ਨਹੀਂ ਹੁੰਦੀ ਗਲਤ ਨਹੀਂ ਹੁੰਦੀ ਉਹਨਾਂ ਅਸੀਂ ਜਾ ਕੇ ਮੈਂ ਫੋਟੋ ਲਾਈ ਸੀ ਫੇਸਬੁੱਕ ਪੇਜ ਤੇ ਦੇਖੋ ਫੇਸਬੁੱਕ ਜਿਹੜਾ ਖਾਲਸਾਈਡ ਦਾ ਇੰਟਰਨੈਸ਼ਨਲ ਫੇਸਬੁੱਕ ਉੱਥੇ ਕਾਹਲੀ ਫੋਟੋਆਂ ਲਾਈਆਂ ਨਿੱਕੇ ਨਿੱਕੇ ਬੱਚੇ ਆ ਕੇ ਤੁਹਾਨੂੰ ਇੰਨਾ ਪਿਆਰ ਦਿੰਦੇ ਆ ਬੜੇ ਖੁਸ਼ ਹੁੰਦੇ ਆ ਉੱਥੇ ਸਾਨੂੰ ਖੇਡਦੇ ਆ ਸਤੋਂ ਡਰਦੇ ਨਹੀਂਗੇ ਸਾਰਾ ਸਕੂਲ ਬਾਰਡਰ ਤੇ ਲਿਬਨਨ ਵਿੱਚ ਆ ਉਹ ਬਾਰਡਰ ਦੇ ਨਾਲ ਸਕੂਲ ਆ ਇਨਾ ਪਿਆਰ ਕਰਦੇ ਹੁਣ ਸਾਨੂੰ ਦੇਖ ਕੇ ਪੱਗਾਵਾਂ ਨੇ ਬੜੇ ਖੁਸ਼ ਹੰਦੇ ਵੀ ਤੁਸੀਂ ਫੇਰ ਵਾਪਸ ਆ ਗਏ ਸਾਨੂੰ ਉੱਥੇ ਗੇਮਾਂ ਖੇਲਦੇ ਆ ਇਹ ਹੀ ਦੁਨੀਆ ਦੀ ਖੇលਿਆ ਵੀ ਅਸੀਂ ਕੀ ਛੱਡ ਕੇ ਜਾਣਾ ਇੱਥੇ ਸਾਡੇ ਕੀ ਅਸੀਂ ਦੇ ਸਕਦੇ ਆ ਆਪਣੀ ਕੌਮ ਬਦੋਂ ਆਪਣੀ ਦਿਲੋਂ ਬਸ ਇਹੀ ਦੇਸਾਂ ਦੇ ਪਿਆਰ ਹੀ ਦੇ ਸਕਦੇ ਆ ਅਸੀਂ ਬਾਕੀ ਜਿੰਨਾ ਮਰਜੀ ਪੈਸਾ ਦੇ ਜੋ ਤੇ ਤੁਹਾਡਾ ਦਿਲ ਨਹੀਂ ਸਾਫ਼ ਜੇ ਤੁਸੀਂ ਸੜਕੇ ਗੱਲਾਂ ਕਿਸਨਾ ਕਰਨੀਆਂ ਜੇ ਜੇ ਕਹਿੰਦੇ ਤੁਹਾਡੀ ਇਹ ਜੌਬ ਆ ਫੇਰ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਦਿਲ ਖੁੱਲਣੇ ਚਾਹੀਦੇ ਜੋ ਭਾਈ ਕਨਈਆ ਵਰਗੇ ਸਾਡੇ ਰੋਲ ਮੋਡਲ ਆ ਪਿਆਰ ਨਾਲ ਕਿਉਂਕਿ ਉਹ ਦਿਲੋਂ ਉਹਨੇ ਦਿਲੋਂ ਸੇਵਾ ਕੀਤੀ ਫੇ ਜੋਕ ਹੋਣਾ ਉਹ ਹੋਣਾ ਸਾਨੂੰ ਕੋਈ ਡਰ ਨਹੀਂ ਹੁੰਦਾ ਪਰ ਸਾਨੂੰ ਇਹ ਡਰ ਹੁੰਦਾ ਭਈ ਸਾਡੇ ਜਿਹੜਾ ਵੀ ਜੋ ਮੈਸੇਜ ਦੁਨੀਆ ਦੇ ਵਿੱਚ ਐ ਇਸ ਵੇਲੇ ਮੈਂ ਘੜੀ ਘੜੀ 2-3 ਸਾਲ ਤੋਂ ਮੈਂ ਕਹਿੰਦਿਆਂ ਨੂੰ ਮੈਂ ਘੜੀ ਘੜੀ ਉਹੀ ਮੈਸੇਜ ਕਹਿੰਨਾ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੋਣਾ ਜਿੰਨੇ ਮਰਜੀ ਗੰਦੇ ਪਰ ਉਥੇ ਸਾਈਂ ਕਿਸੇ ਧਰਮ ਦੇ ਖਿਲਾਫ ਨਹੀਂ ਹੋਣਾ ਤੁਸੀਂ ਇਹ ਜਿਹੜੇ ਬੱਚੇ ਆ ਇਹ ਇਨਸਾਨੀਅਤ ਧਰਮ ਸਾਡਾ ਇਨਸਾਨੀਅਤ ਧਰਮ ਸਰਬਾਤਮਕ ਭਲੇ ਦਾ ਧਰਮ ਵੰਡ ਕੇ ਛਕਣ ਦਾ ਧਰਮ ਅੱਜ ਸਰੀਆ ਜਿਹੋ ਜੋ ਹੋ ਰਿਹਾ ਆ ਦੇਖ ਕੇ ਦਿਲ ਟੁੱਟਦਾ ਕਈ ਵਾਰ ਮੈਂ ਫੋਟੋ ਵੀ ਦੇਖ ਸਕਦਾ ਕਿਉਂਕਿ ਮੈਂ ਕਹਿੰਦਾ ਜਾ ਕੇ ਆ ਕੈਂਪਾਂ ਦੇ ਵਿੱਚ ਅਸੀਂ ਗੱਲਾਂ ਕਰੀ ਦੀਆਂ ਜਿਹੜੇ ਭਾਈ ਉੱਥੇ ਬੀਬੀਆਂ ਆ ਬਜ਼ੁਰਗ ਆ ਜਿਹਾਂ ਦੇ ਬੱਚੇ ਨੌਜਵਾਨ ਮੁੰਡੇ ਨਿੱਕੀਆਂ ਬੇਬੀਆਂ ਮਾਰ ਦਿੱਤੀਆਂ ਗਈਆਂ ਬੰਬ ਦੇ ਗਏ ਦੇ ਸੇਵ ਲੋਗ ਆ ਲੱਤ ਲੱਤ ਗਈ ਕੇ ਰੀ ਬਾਹ ਲੱਤ ਗਈ ਸਾਨੂੰ ਪਤਾ ਕਈ ਵਾਰੀ ਗੱਲਾਂ ਸੁਣ ਕੇ ਸਾਰਾ ਦਿਲ ਟੁੱਟਦਾ ਮੈਂ ਕਈ ਵਾਰ ਫੋਟੋ ਦੇਖਦਾ ਭਾਈ ਇਹ ਮੈਨੂੰ ਕਹਿੰਦੇ ਤੁਸੀਂ ਕਦੀ ਯੂਸਟ ਨਹੀਂ ਹੁੰਦੇ ਤਾਂ ਤਾਂ ਭਾਈ ਦਿਲ ਇੱਕ ਇਹ ਯੂਸ ਤੋਂ ਨਹੀਂ ਹੁੰਦਾ ਅ ਇਦਾਂ ਦੀਆਂ ਗੱਲਾਂ ਦੇ ਕੇ ਕਿ ਕਿਦਾਂ ਤੁਸੀਂ ਯੂਸ ਤੋਂ ਕਿਦਾਂ ਹੋ ਸਕਦੇ ਕਿਸੇ ਦੁੱਖ ਤਰ ਦੇਖ ਕੇ ਉਹ ਵੀ ਇਨਸਾਨ ਹੀ ਆ ਉਹ ਵੀ ਕਿਸੇ ਦੇ ਬੱਚੇ ਆ ਉਹ ਵੀ ਕਿਸੇ ਦੇ ਮਾਪੇ ਆ ਜਿਹੜੇ ਨਿੱਕੇ ਨਿੱਕੇ ਬੱਚੇ ਐਸੇ ਭੁੱਖਤੋਂ ਵਗੈਰ ਮਰ ਰਹੇ ਉਹ ਦੂਜੇ ਪਾਸੇ ਇੱਕ ਹੋਰ ਦੇਸ਼ ਆ ਜਿੱਥੇ ਬਹੁਤ ਹੀ ਕਹਿਰ ਹੋ ਰਿਹਾ ਹੈ ਉਹਦੀ ਕੋਈ ਗੱਲ ਨਹੀਂ ਕਰਦਾ ਜਦੋਂ ਕੋਈ ਕਰਦੇ ਗੱਲ ਉਹ ਵੀ ਮਸੀ ਕਰਦੇ ਹੋ ਵੀ ਯਮਨ ਯਮਨ ਦੇ ਵਿੱਚ ਬੱਚੇ ਐਸੇ ਵੇਲੇ ਬਹੁਤ ਮਰ ਰਹੇ ਆ ਸਾਊਦੀ ਵਾਲਿਆਂ ਨੇ ਫੁੱਲ ਅਟੈਕ ਲੌਂਚ ਕੀਤਾ ਦੋ ਤਿੰਨ ਸਾਲ ਹੋ ਗਏ ਕਿੰਨੇ ਬੱਚੇ ਕੋਲਰਾਂ ਨਾਲ ਬਿਮਾਰੀਆਂ ਨਾਲ ਭੁੱਖ ਨਾਲ ਉੱਥੇ ਹੀ ਬਹੁਤ ਖਤਰਾ ਉੱਥੇ ਅਸੀਂ ਇੱਕ ਲੋਕ ਲੌਕਲਾਈਜੇਸ਼ਨ ਨਾਲ ਥੋੜਾ ਥੋੜਾ ਲੰਘਾ ਛੱਡ ਰਹੇ ਹਾਂ ਦੋ ਤਿੰਨ ਮਹੀਨੇ ਬਾਅਦ ਪਾਸ ਸਾਨੂੰ ਬੰਦਾ ਘਰ ਚੰਦਾ ਪਰ ਅਸੀਂ ਥੋੜੀ ਥੋੜੀ ਲੈਵਲ ਤੇ ਕੰਮ ਕਰ ਰਹੇ ਹਾਂ ਪਰ ਉੱਥੇ ਖਤਰਾ ਬਹੁਤ ਸੋ ਇਹ ਸਾਰੇ ਪਾਸੇ ਐਸ ਵੇਲੇ ਅੱਗ ਲੱਗੀ ਹੋਏ ਦੁਨੀਆ ਵਿੱਚ ਸਾਡਾ ਸਿੱਖਾਂ ਦਾ ਬਹੁਤ ਵੱਡਾ ਰੋਲ ਮਾਡਲ ਐਸ ਵੇਲੇ ਰੋਲ ਆ ਐਸ ਵੇਲੇ ਸਾਡੀ ਕੌਮ ਦਾ ਅਸੀਂ ਜਾ ਕੇ ਮੋਰੀ ਹੋਈਏ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਪੱਗਾਂ ਦੇ ਤਾਰੇ ਤੇ ਚਿਹਰੇ ਖੁਸ਼ ਹੋਣ ਚੜਦੀ ਕਲਾ ਸਪਿਰਿਟ ਹੋਵੇ ਤੁਮਰੀ ਤਾਂ ਕਿ ਸੇਵਾ ਕਰੋ ਜਦੋਂ ਮੈਂ ਕਹਿੰਦਾ ਜੇ ਤੁਸੀਂ ਸੜਕੇ ਜਾਓਗੇ ਇਹ ਜੌਬ ਸਮਝੋਗੇ ਫੇਰ ਨਹੀਂ ਤੁਸੀਂ ਕਰ ਸਕਦੇ ਤੁਸੀਂ ਹਰ ਇਨਸਾਨ ਨੂੰ ਉਦਾਂ ਪਿਆਰ ਕਰਨਾ ਹਰ ਬੱਚੀ ਨੂੰ ਉਦਾਂ ਪਿਆਰ ਕਰਨਾ ਕੋਈ ਤੁਹਾਡਾ ਬੱਚਾ ਆ ਫੇਰ ਤੁਸੀਂ ਐਦਾਂ ਦੇ ਕੰਮ ਕਰ ਸਕਦੇ ਸੋ ਤੁਸੀਂ ਉਹਨੇ ਜਿਹੜੀ ਮੈਸੇਜ ਭੇਜਦੇ ਤੁਸੀਂ ਸਿਰੇ ਜਾਣਾ ਚਾਹੁੰਦੇ ਤੁਸੀਂ ਜਾ ਨਹੀਂ ਸਕਦੇ ਸਿਰੇ ਆ ਸਿਰੇ ਤਾਂ ਕੋਈ ਨਹੀਂ ਆਸੋ ਜਿੱਥੇ ਇਸ ਗੁੱਟਾ ਜਾਂ ਗੁੱਟਾ ਵਿੱਚ ਲੜ ਲੱਗੀ ਹੋ ਉੱਥੇ ਤਾਂ ਫੌਜਵੀਂ ਜਾ ਸਕਦੀ ਉੱਥੇ ਕੋਈ ਡਿਲੀਵਰ ਕਰਨ ਕਿਉਂਕਿ ਤੁਹਾਨੂੰ ਹੁਣ ਜਿੱਥੇ ਮੈਂ ਲੈਬਨਾਨ ਸੀਗਾ ਮੈਨੂੰ ਕਹਿੰਦੇ ਤੁਹਾਨੂੰ ਦਮਾਸਕਸ ਲੈ ਆਉਨੇ ਸਿਰੇ ਆ ਤੇ ਪੱਦਮਸਕਸ ਯਾਕੀ ਜੇ ਤੁਸੀਂ ਉਹ ਇਹ ਚ ਕੰਮ ਕਰਨਾ ਪਹਿਲਾਂ ਤੁਹਾਨੂੰ ਸਰੀਆਨ ਗਵਰਨਮੈਂਟ ਜਾਂ ਰਸ਼ੀਆਨ ਗਵਰਨਮੈਂਟ ਦਾ ਕੰਮ ਕਰਨਾ ਪੈਣਾ ਸੋ ਉਹ ਨਹੀਂ ਉਹ ਨਹੀਂ ਕਰਨਾ ਤੁਸੀਂ ਜਾ ਨਹੀਂ ਸਕਦੇ ਉਹ ਨਹੀਂ ਕਰਨਾ ਭਈ ਉੱਥੇ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਉੱਥੇ ਤੁਸੀਂ ਜਿਹੜੇ ਭਈ ਟੈਰਰਿਸਟ ਤੇ ਉਹਨੂੰ ਤੁਸੀਂ ਫੰਡਿੰਗ ਕਰ ਰਹੇ ਹੋ ਸੋ ਇਹ ਹੀ ਸਾਡੀ ਇਹ ਹੀ ਸਾਡੀ ਬੇਨਤੀ ਆ ਜਿਹੜੇ ਸਾਡੇ ਪ੍ਰੋਜੈਕਟ ਚੱਲ ਰਿਹਾ ਹੈ ਸਰੀਆ ਬਾਰਡਰ ਦੇ ਵਿੱਚ ਇਰਾਕ ਦੇ ਵਿੱਚ ਲਬਨਨ ਦੇ ਵਿੱਚ ਟਰਕੀ ਵਿੱਚ ਚੱਲੀ ਜਾਂਦੇ ਆ ਅਸੀਂ ਹਰ ਮਹੀਨੇ ਖਾਣਾ ਰਫੂਜੀਏ ਨੂੰ ਦੇ ਰਹੇ ਹੁਣ ਇੱਕ ਮੈਂ ਤੁਹਾਨੂੰ ਦੱਸਣਾ ਸਟੋਰੀ ਹੈ ਇੱਕ 2014 ਵਿੱਚ ਇੱਕ ਨਿੱਕਾ ਮੁੰਡਾ ਮੁਹੰਮਦ 6 ਮਹੀਨੇ ਦਾ ਸੀਗਾ ਉਹ ਮੈਂ ਪਿਛਲੇ ਲਾਈਵ ਤੇ ਕੀਤਾ ਸੀ ਖਾਸ ਤੌਰ ਤੇ ਪੇਛ ਤੇ ਉਹ ਉਹ ਆਪਰੇਸ਼ਨ ਸੀਗਾ ਕਰਨਾ ਤੇ ਉਹਨੂੰ ਕੋ ਪੈਸੇ ਨਹੀਂ ਸੀ ਮਾਪਿਆਂ ਕੋਲ ਨਿਕਲ ਜਾਂ ਤੰਬੂ ਚ ਰਹਿੰਦੇ ਸੀ ਉੱਥੇ ਲਬਨਨ ਤੇ ਸੀਰ ਬੋਰਡ ਫਿਰ ਅਸੀਂ 800 ਤੋਂ 1000 ਡਾਲਰ ਸੀਗਾ ਅਸੀਂ ਆਪਰੇਸ਼ਨ ਕਰਾ ਦਿੱਤਾ ਫਿਰ ਮੈਂ ਅਚਾਨਕ ਪਿਛਲੇ ਮਹੀਨੇ ਗਿਆ ਜਨਵਰੀ ਵਿੱਚ ਤੇ ਮੈਂ ਕਿਹਾ ਮੈਂ ਮੁਹੰਮਦ ਨੂੰ ਮਿਲਣਾ ਚਾਹੁੰਦਾ ਹੁਣ ਤਾਂ 4-5 ਸਾਲ ਦਾ ਹੋ ਗਿਆ ਮੁੰਡਾ ਯਾਰ ਖਸਲ ਹੋ ਬਾਇਆ ਤੇ ਜਦੋਂ ਮਿਲ ਲਈ ਆ ਉਹਦੇ ਮਾਪੇ ਬੜੇ ਪਿਆਰ ਨਾਲ ਮੈਨੂੰ ਆਪਣੇ ਤੰਬੂ 'ਚ ਬਿਠਾ ਲਿਆ ਚਾਹ ਪਲਾਈ ਉਹ ਫਿਰ ਮੁਹੰਮਦ ਦਾ ਗਣਾ ਹੱਤਾ ਵੀ ਸੁਜੀਆ ਪਿਆ ਸੀਗਾ ਇੱਥੋਂ ਪਰ ਪਹਿਲਾਂ ਢਿੱਡ ਦਾ ਆਪਰੇਸ਼ਨ ਸੀਗਾ ਉਹ ਕਹਿੰਦੇ ਦੇਖਿਓ ਤੁਹਾਡਾ ਕੋਈ ਪੁਰਾਣਾ ਰਿਸ਼ਤਾ ਆ ਭਿ ਜਦੋਂ ਬਿਮਾਰ ਨੂੰ ਤੁਸੀਂ ਆਉਨੇ ਆ ਉਹਨੇ ਆਪਣਾ ਮੈਨੂੰ ਭਰਾ ਬਣਾ ਲਿਆ ਫੈਮਿਲੀ ਨੇ ਅਸੀਂ ਉਹ ਫਿਰ ਦੇਖਿਆ ਮੁਹੰਮਦ ਦੀ ਕ੍ਰੀਨ ਤਕਲੀਫ ਚ ਰਹਿੰਦੇ ਆ ਆਪਰੇਸ਼ਨ ਕਰਾਤਾ ਹੁਣ ਮੈਂ ਜਦੋਂ ਪਿਛਲੇ ਹਫਤੇ ਜਾ ਕੇ ਆਇਆ ਪਿਛਲੇ ਮਹੀਨੇ ਆਪਰੇਸ਼ਨ ਕਰਾਇਆ ਪਿਛਲੇ ਹਫਤੇ ਦੋ ਹਫਤੇ ਜਾ ਕੇ ਆਇਆ ਮੁਹੰਮਦ ਹੁਣ ਬਿਲਕੁਲ ਠੀਕ ਚੜ ਰੋਟੀ ਪਾਣੀ ਖਾਂਦਾ ਚੰਗੀ ਜਿਹੜਾ ਸੌਂਦਾ ਕੋਈ ਦਰਦ ਨਹੀਂ ਇਹ ਹੁੰਦੇ ਕੋਈ ਪੁਰਾਣੇ ਰਿਸ਼ਤੇ ਪਰ ਬੜਾ ਸਾਡਾ ਇੱਕ ਬੜਾ ਮੇਨ ਰਿਸ਼ਤਾ ਹੈਗਾ ਇਨਸਾਨੀਅਤ ਦਾ ਸੋ ਅਸੀਂ ਮੋਹਰੇ ਹੋ ਕੇ ਸੇਵਾ ਕਰੀ ਜਾਂਦੇ ਪਸਰੀ ਹੈ ਸਾਡਾ ਕੰਮ ਚੱਲੀ ਜਾਂਦਾ ਸਰੀਨ ਰਫੀਨ 4 ਸਾਲ ਹੋ ਗਏ ਕੋਈ ਨਵੀਂ ਚੀਜ਼ ਨਹੀਂ ਜਦੋਂ ਸਾਨੂੰ ਮੈਂ ਸਵੇਰੀ ਵਜ੍ਹਾ ਗੱਲ ਕੀਤੀ ਆ ਕਿਸੇ ਨਾ ਮੁੰਡੇ ਨਾਲ ਉੱਥੇ ਲੇਬਲ ਜਿਹੜਾ ਭਰਾ ਉੱਥੇ ਮੋਹਰੇ ਇਸ ਵੇਲੇ ਕੰਮ ਕਰੇ ਡਾਕਟਰ ਵਾਂਕੇ ਜਿੱਥੇ ਇਸ ਵੇਲੇ ਕੇਅਰ ਮੋਰਥ ਹੋਰੇ ਗੁੱਟਾ ਵਿੱਚ ਉਹ ਵੀ ਕਹਿੰਦਾ ਕਹਿੰਦਾ ਇਸ ਵੇਲੇ ਤੁਸੀਂ ਕੁਝ ਕਰ ਨਹੀਂ ਸਕਦੇ ਗੌਰਮੈਂਟ ਸਾਰੀ ਕੰਟਰੋਲ ਕਰ ਰਹੀ ਆ ਉਹ ਉਹਨਾਂ ਨੂੰ ਤੋੜਨਾ ਚਾਹੁੰਦੀ ਆ ਭਈ ਬਿਲਕੁਲ ਹੀ ਉਹਨਾਂ ਦੀ ਵੀਰ ਦੀ ਹੱਡੀ ਤੋੜਨੀ ਚਾਹੁੰਦੇ ਭਈ ਇਹ ਜਿਹੇ ਰੈਵਲਿਆ ਛੱਡ ਕੇ ਚੱਲ ਜਾਣ ਫੇਰ ਤੁਸੀਂ ਖਾਣਾ ਲੈ ਆ ਸਕਦੇ ਜਦ ਤੱਕ ਕੋਈ ਬਚਰ ਨਹੀਂ ਉੱਥੇ ਸੋ ਬਹੁਤ ਡਿਫਿਕਲਟ ਟਾਈਮ ਬਹੁਤ ਦੁਖਵਾਲਾ ਸਮਾਂ ਪਰ ਅਸੀਂ ਕਰ ਰਹੇ ਆ ਜਿਹੜੇ ਕਿਸਮਤ ਵਾਲੇ ਨਿਕਲ ਗਿਆ ਕੈਂਪਸ ਤੇ ਆ ਗਿਆ ਲਬਨਨ ਜਾਂ ਟਰਕੀ ਆ ਗਿਆ ਅਸੀਂ ਉੱਥੇ ਕਰ ਰਹੇ ਆ ਮੇਰਾ ਪਹਿਲਾਂ ਸੋਚਦਾ ਹੁੰਦਾ ਸੀ ਅਸੀਂ ਭਈ ਕਿੱਦਾਂ ਕਰੀਏ ਪਰ ਜਦੋਂ ਤੁਸੀਂ ਇੱਕ ਕਦਮ ਚੱਕਦੇ ਆਂ ਰਾਬਾ ਬਾਪੇ ਦਰਵਾਜ਼ੇ ਖੋਲ ਦਿੰਦਾ ਸੋ ਕਈ ਵਾਰੀ ਸਾਡੇ 5 ਕਿਲੋਮੀਟਰ ਕਵੇ 2 ਕਿਲੋਮੀਟਰ ਕਵੇ 10 ਕਿਲੋਮੀਟਰ ਬੋਟ ਥਾੜਾ ਸੇਵਾ ਚੱਲਦੀ ਪਰ ਪੁਲਿਸ ਜਿਹੜੀ ਮੈਸੇਜ ਭੇਜਦੇ ਆਂ ਕਿ ਸਰੀਆ ਕੁਝ ਕਰਨਾ ਚਾਹੁੰਦੇ ਤੁਸੀਂ ਜਾ ਨਹੀਂ ਸਕਦੇ ਸਰੀਆ ਸਰੀਆ ਚ ਔਖਾ ਬਹੁਤ ਆ ਨਾਲੇ ਨੰਬਰ 1 ਜਿਹੜੇ ਇੰਡੀਅਨ ਪਾਸਪੋਰਟ ਆ ਉਥੇ ਦਾ ਔਖਾ ਹੋ ਸਾਰਾ ਤਾਂ ਹੋਰ ਹੋਣਾ ਸੋ اسپੈਸ਼ਲੀ ਹਮ ਸੰਦੂ ਮਸੀਤ ਪਹਿਲਾਂ ਸਰ ਲਈ ਬ੍ਰਿਟਿਸ਼ ਪਾਸਪੋਰਟ ਖੋਲ੍ਹ ਕੇ ਲਾਈ ਹੁੰਦੀ ਸੀ ਰਾਕੋ ਵੀ ਹੋ ਵੀ ਡਿਫਿਕਲਟ ਹੋਣ ਲੱਗ ਪਿਆ ਹੁਣ ਸੋ اسپੈਸ਼ਲੀ ਤਾਂ ਹੁਣ ਅੱਗਾਂ ਦਾੜੀਆਂ ਇਦਾਂ ਜਿੱਦਾਂ ਉੱਥੇ ਵੀ ਆਇ ਤੁਸੀਂ ਉਹ ਵੀ ਅੱਗਾਂ ਦਾੜੀਆਂ ਵਾਲੇ ਆ ਸੋ ਜਦੋਂ ਸਾਨੂੰ ਦੇਖਦੇ ਆ ਭਈ ਉਹ ਸਾਨੂੰ ਦੇਖਦੇ ਆ ਭਈ ਇਹ ਕੌਣ ਸਾਡੀ ਮਦਦ ਕਰਨ ਆ ਗਏ ਆ ਸੋ ਉਹ ਵੀ ਸੋਚ ਸਮਕੇ ਦੇਖਦੇ ਭਈ ਇਹ ਇਹ ਸਾਨੂੰ ਮਾਰਤ ਨਹੀਂ ਆਏ ਸੋ ਸਿਰਿਆ ਦੇ ਰਾਫੀ ਜੀ ਜਿਹੜੇ ਭਈ ਉਹ ਵੀ ਬਹੁਤ بڑے ਲਿਖੇ ਆ ਉਹਨੂੰ ਮਦਦ ਦੀ ਲੋੜ ਆ ਉਹਨਾਂ ਨੂੰ ਬਹੁਤ ਖਾਣ ਪੀਣ ਦੀ ਲੋੜ ਆ ਕਈ ਵਾਰੀ ਸੋਚਦੇ ਭਈ ਰਾਫੀ ਜੀ ਜਿਹੜੇ ਆ ਭਈ ਉਹ ਗੰਦੇ ਆ ਉਹ ਅਤਵਾਦੀ ਆ ਉਹ ਤੁਹਾਨੂੰ ਇੱਕ ਇਰਾਕ ਦੇ ਸਿਰਿਆਂ ਦੇ ਇਨੇ ਪੜੇ ਲਿਖੇ ਲੋਕ ਆ ਉਹ ਬਹੁਤ ਹੀ ਚੜ੍ਹਦੀ ਕਲਾ ਉਹੀ ਸਾਨੂੰ ਭਈ ਕਿਸੇ ਅੱਜ ਦੇਖੋ 4 ਸਾਲ ਹੋ ਗਏ ਮੈਂ ਜਾਂਦੇ ਨੂੰ ਸਾਰੇ ਪਾਸੇ ਮਿਡਲ ਈਸਟ ਵਿੱਚ ਸਾਨੂੰ ਕਿਸੇ ਨੇ ਰੋਕਿਆ ਨਹੀਂ ਉੱਥੇ ਨਾ ਕੋਈ ਮਾਰਾ ਕਿਆ ਸਾਨੂੰ ਸੋ ਸਰਬੱਤ ਦੇ ਭਾਜ ਦਾ ਮੈਸੇਜ ਚੱਲੀ ਜਾਂਦਾ ਤੁਸੀਂ ਨਾਲ ਜੁੜੇ ਰਹੋ ਸਾਡੀ ਇੰਡੀਆ ਦੀ ਟੀਮ ਜਿਹੜੀ ਹੈਗੀ ਆ ਅਮਰਪ੍ਰੀਤ ਸਿੰਘ ਜਣੀ ਉਹ ਬਹੁਤ ਉੱਥੇ ਪੰਜਾਬ ਤੇ ਤੇ ਇੰਡੀਆ ਦੇ ਵਾਲੇ ਦੋਲੇ ਬਹੁਤ ਸੇਵਾ ਕਰ ਰਹੇ ਆ ਤੇ ਤੁਸੀਂ ਉਹਨਾਂ ਦਾ ਸਾਥ ਦੇਵੋ ਖਾਲਸਾ ਦਮਸੀ ਪੀ ਸਕਣੇ ਵੈਬਸਾਈਟ ਤੇ ਪਰ ਸੀਰੀਅਨ ਦੇ ਵਿੱਚ ਜੋ ਹੋ ਰਿਹਾ ਉਹ ਤਾਂ ਅਸਲੀ ਕੀ ਕਹਿੰਦੇ ਹੁੰਦੇ ਭਈ ਇਹ ਇਤਿਹਾਸਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਉਥੇ ਮੈਸਕਰ ਹੋ ਰਹਾ ਹੈ ਪਰ ਇਧਰ US UK ਤੇ ਕੈਨੇਡਾ ਨੂੰ ਦੂਜੇ ਪਾਸੇ ਹੈਗੇ ਸਾਊਦੀ ਅਰੇਬੀਆ ਜਾਂ ਇਰਾਨ ਜਾਂ ਰਸ਼ੀਆ ਸਫਾਦਤ ਹੋ ਰਹੀ ਹੈ ਪਰ ਜਿਹੜੇ ਬਚਕਾਰ ਬੱਚੇ ਫਸਿਓ ਆ ਆਮ ਲੋਕ ਫਸਿਓ ਆ ਉਹ ਅਸਲ ਵਿੱਚ ਬਚਾਰੇ ਮਾਰੇ ਬੰਬਾਂ ਥੱਲੇ ਭੁੱਖ ਤੋਂ ਤੇ ਬਿਮਾਰੀਆਂ ਤੋਂ ਸੋ ਤੁਹਾਡਾ ਬਹੁਤ थैंक यू ਤੁਸੀਂ ਸਾਨੂੰ ਇਹ ਸਮਾਂ ਦਿੱਤਾ ਤੁਹਾਨੂੰ ਸਪੋਰਟ ਕਰਦੇ ਆਂ ਪਰ ਸਾਡੇ ਤੁਹਾਨੂੰ ਮੈਂ ਕਹਿਆ ਸ੍ਰੀ ਖਾਲਸਾ ਹੈਡ ਇੰਟਰਨੈਸ਼ਨਲ ਫੇਸਬੁੱਕ ਤੇ ਫੋਲੋ ਕਰੋ ਸਾਡੇ ਪ੍ਰੋਜੈਕਟ ਬਹੁਤ ਭਾਰੇ ਚੱਲ ਰਿਹਾ ਸਾਰੇ ਪਾਸੇ ਸੋ ਇਹ ਚੱਲੀ ਜਾਣੇ ਆ ਤੇ ਐਕਸਪੈਂਡ ਕਰੀ ਜਾਣੇ ਆ ਤੇ ਤੁਸੀਂ ਅਪਡੇਟ ਦੇਖੀ ਜਾਓ ਤੁਸੀਂ ਵੀਡੀਓ ਸ਼ੇਅਰ ਕਰੀ ਜਾਓ ਪਰ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਜਿੰਨੇ ਮੈਨੂੰ ਮੈਸੇਜ ਆ ਤੁਹਾਡੇ ਤੁਹਾਡਾ ਦਿਲ ਦੁੱਖ ਦਾ ਕਰਕੇ ਮੈਸੇਜ ਆਇਆ ਤੁਸੀਂ ਨਹੀਂ ਦੇਖਿਆ ਪਏ ਉਹ ਮੁਸਲਮਾਨ ਨੇ ਜਾਂ ਸਾਈਆ ਤੁਸੀਂ ਦੇਖਿਆ ਪਏ ਆਮ ਬੱਚੇ ਆ ਇਨਸਾਨ ਆ ਸੋ ਤੁਸੀਂ ਸਪੋਰਟ ਕਰੀ ਜਾ ਸਾਡਾ ਕੰਮ ਵਧੀ ਜਾਣਾ ਪਰ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਗਈ ਅ ਅਫਸੋਸ ਦੀ ਗੱਲ ਆ ਕਿਉਂਕਿ ਅਸੀਂ ਚਾਰ ਸਾਲ ਮੋਰੇ ਹੋ ਕੇ ਕਰੀ ਜਾਂਦੇ ਸੇਵਾ ਸੋ ਥੈਂਕ ਯੂ ਤੁਹਾਡੀ ਪਿਆਰ ਦਾ ਤੇ ਮੇਰਾ ਬਹੁਤ ਵੱਡਾ ਪਏ ਆਪਣੇ ਬਦੋਂ ਧੰਨਵਾਦ ਸਾਡੀ ਜਿਹੜੇ ਵੋਲੰਟੀਅਰਸ ਮੋਰੇ ਹੋਏ ਆ ਕਨਵਰਸ ਸਿੰਘ ਲੁਈ ਜਸਪ੍ਰੀਤ ਸਿੰਘ ਬੂਤਾ ਸਿੰਘ ਤੇ ਤਮੀਰ ਤਮੀਰ ਹੋਣੀ ਉੱਥੇ ਤਰਕੀ ਚ ਆ ਇਹ ਤੇ ਸੇਵਾ ਚੱਲ ਰਹੀ ਆ ਲੋਕਲ ਸਰੀਅਨ ਬੰਦੋਂ ਯੰਗ ਮੈਨਿਆ ਬਹੁਤ ਸਾਡੀ ਮਦਦ ਕਰ ਰਿਹਾ ਆ ਉਧਰੋਂ ਮਹਮੂਦ ਲੈਬਨਨ ਵਿੱਚ ਤੇ ਤੇ ਦੂਜੇ ਪਾਸੇ ਜਿਹੜੇ ਭਈ ਇਰਾਕ ਦੇ ਸੂਜ਼ਨ ਫਾਰਮੀ ਇਹ ਜਿਹੜੇ ਕੰਮ ਕਰ ਰਹੇ ਆ ਸਾਡੇ ਲਈ ਸਾਡੇ ਮੋਰੇ ਹੋ ਕੇ ਸਾਡੇ ਨਾਲ ਮੋਟਾ ਜੋੜ ਕੇ ਇਹ ਵੀ ਭਈ ਇਹ ਸਿੱਖ ਨਹੀਂ ਗਏ ਇਹ ਵੀ ਕਹੋ ਭਈ ਲੋਕਲ ਜਿਹੜੇ ਉੱਥੇ ਦੇ ਲੋਕ ਆ ਜਿਹੜੇ ਕਹਿੰਦੇ ਭਈ ਜਦੋਂ ਇੱਥੇ ਸਖਾਲਸਾਈਡ ਦੇ ਸੇਵਾਦਾਰ ਹੁੰਦੇ ਆ ਉਹ ਬਸ ਗੱਲਾਂ ਨਹੀਂ ਕਰਦੇ ਉਹ ਐਕਚੁਅਲੀ ਕੰਮ ਕਰਦੇ ਆ ਉਸ ਤੇ ਨਾਲੇ ਉਸ ਦਾ ਪਿਆਰ ਬਹੁਤ ਵਧਿਆ ਆ ਪਿਛਲੇ 3-4 ਸਾਲ ਦਾ ਸੋ ਤੁਹਾਡਾ ਬਹੁਤ थैंक यू ਜੇ ਕੋਈ ਕੁਐਸਚਨ ਪੁੱਛਣਾ ਹੋਵੇ ਮੈਂ ਕੋਸ਼ਿਸ਼ ਕਰੂੰਗਾ ਇਹ ਕੁਐਸਚਨ ਆਨਸਰ ਕਰਾਂ ਦੀ ਪਰ ਤੁਹਾਡਾ ਜਿੰਨੇ ਮੈਸੇਜ ਆਈ ਜਾਂਦੇ ਆ ਮੇਰੀ ਹੀ ਬੇਨਤੀ ਆ ਤੁਸੀਂ ਵੀਡੀਓ ਸ਼ੇਅਰ ਕਰੋ ਮੈਂ ਮੜੀਆ ਠੀਕ ਨਹੀਂਗਾ ਕੈਨੇਡਾ ਗਿਆ ਸੀ ਕੈਲਰੀ ਤੇ ਬੁਖਾਰ ਚੜ੍ਹ ਗਿਆ ਸੀਗਾ ਹੁਣ 2-3 ਦਿਨ ਕਾਫੀ ਕਿਤਾ ਅ ਦਿੱਲੇ ਹੋਇਆ ਕਮਜ਼ੋਰ ਹੋ ਗਏ ਤੇ ਹੁਣ ਮਰ ਜਾ ਜੀ ਅੱਜ ਹੀ ਮੈਂ ਸਾਰੀ ਦਿਨ ਅੱਜ ਬੰਦਾ ਲੰਮਾ ਪਿਆ ਰਿਹਾ ਅੱਜ ਬੈਠ ਤੇ ਪੀ ਕੇ ਕਮਜ਼ੋਰੀ ਕਾਫੀ ਹੋ ਗਈ ਸੀ ਤੇ ਹੁਣ ਮਸੇ ਉੱਠਿਆ ਮੈਂ ਤੇ ਹੁਣ ਮਰ ਜਾ ਸਾ ਆ ਜਾ ਦੂਦਨ ਦੇ ਵਾ euh ਤੇ ਲੇ ਹੋ ਕੇ ਪਰ ਤੁਹਾਡੀਆਂ ਜਿਹੜੀਆਂ ਅਸੀਸਾਂ ਤੁਹਾਡੀਆਂ ਅਰਦਾਸਾਂ ਤੁਸੀਂ ਇਹ ਸਾਡੇ ਸੇਵਾਦਾਰੀ ਕਰੀ ਜਾਓ ਤੇ ਅਸੀਂ ਆਪਣੀ ਗਾਰੰਟੀ ਕਰਦੇ ਆ ਅਸੀਂ ਟਟ ਕੇ ਮੋਹਰੇ ਰਹਿਣਾ ਅਸੀਂ ਪਿੱਛੇ ਨਹੀਂ ਹਟਣਾ ਜਦੋਂ ਵੀ ਸਾਨੂੰ ਦੇਖੋ ਜ਼ੈਂਬੀਆ ਆ ਜ਼ੈਂਬੀਆ ਕੇ ਲੋਕਨ ਬੰਦੇ ਕਿੱਥੇ ਤੱਕ ਕਾਂਗੋ ਕਿੱਥੇ ਕਾਂਗੋ ਵਿੱਚ ਬਹੁਤ ਹੀ ਜਰੀਲੀ ਇੱਕ ਸਿਵਲ ਵਾਰ ਹੋਈ ਹੋਆ ਉੱਥੋਂ ਕਿੰਨੇ ਬੰਦੇ 10 15 20 ਹਜ਼ਾਰ ਇੱਕ ਬਾਰਡਰ ਪੋਂਚ ਆ ਗਏ ਜੈਮਬੀਆ ਤੇ ਸਾਡਾ ਉੱਥੇ ਪਹਿਲਾਂ ਲੂਈ ਗਿਆ ਫਿਰ ਸੁਖਰਾਜ ਸਿੰਘ ਸੰਘਿਆੜਾ ਗਿਆ ਯੂਕੇ ਨੂੰ ਫਿਰ ਕਨਵਰ ਸਿੰਘ ਗਏ ਤੇ ਹੋਰ ਵੀ ਪਲਾਨ ਹੋ ਰਹੇ ਉੱਥੇ ਸਾਨੂੰ ਵੱਡੀਆਂ ਆਰਗੇਨਾਈਜੇਸ਼ਨ ਵਰਲਡ ਫੂਡ ਪ੍ਰੋਗਰਾਮ ਰੈੱਡ ਕਰਾਸ ਵਾਲੇ ਸਾਨੂੰ ਕਹਿੰਦੇ ਸਾਡੇ ਕੋ ਬਜਟ ਹੈ ਨਹੀਂਗਾ ਸਾਨੂੰ ਤੁਸੀਂ ਗਾਰੰਟੀ ਕਰ ਸਕਦੇ 10 ਹਜ਼ਾਰ ਲੋਕ ਇੱਥੇ ਹੈਗਾ ਭੁੱਖਾ ਇੱਥੇ ਹੰਗਰ ਦਾ ਬਹੁਤ ਖਤਰਾ ਆਇਆ ਬਈ ਉਹ ਭੁੱਖੇ ਨਾ ਰਹਿ ਜਾਣ ਕੁਸੀਂ ਕੋਸ਼ਿਸ਼ ਕਰ ਸਕਦੇ ਤੇ ਜਦੋਂ ਕਾਨਫਰੰਸਿੰਗ ਫੋਨ ਆਇਆ ਕਹਿੰਦਾ ਹਾਂ ਮੈਂ ਕਿ ਕਹ ਦੋ ਠੀਕ ਹੈ ਅਸੀਂ 10000 ਦਾ ਖਾਣਾ ਸੀ ਇੱਕ ਮਹੀਨੇ ਦਾ ਗਾਰੰਟੀ ਕਰਾਂਗੇ ਉਹ ਐਸ ਵੇਲੇ 2 ਹਫ਼ਤੇ ਹੋ ਗਿਆ ਸਾਨੂੰ ਕੋਆਰਡੀਨੇਟ ਕਰਦੇ ਨੂੰ ਤੇ ਅਸੀਂ ਗਾਰੰਟੀ ਕਰਾਂਗੇ ਐ ਕਿ ਉਹ ਕਹਿੰਦੇ ਇੱਕ ਮਹੀਨੇ ਦੀ ਗਾਰੰਟੀ ਦਾ ਸਾਨੂੰ ਮੈਂ ਕਿ ਤੁਸੀਂ ਸਾ ਤੋਂ ਦੋ ਦੀ ਲੈ ਲਓ ਅਸੀਂ ਗਾਰੰਟੀ ਕਰਾਂਗੇ ਜਿਹੜੇ 10000 12000 ਇੱਥੇ ਇਹ ਭੁੱਖੇ ਨਹੀਂ ਰਹੋਗੇ ਕਿਉਂਕਿ ਸਾਨੂੰ ਪਤਾ ਸਾਡੀ ਸੰਗਤ ਉੱਪਰ ਸਾਨੂੰ ਬਿਲਕੁਲ ਭਰੋਸਾ ਆ ਭਈ ਸਾਡੀ ਸੰਗਤ ਕਦੇ ਪਿੱਛੇ ਨਹੀਂ ਹੁੰਦੀ ਨਾ ਕੰਮਾਂ 'ਚ ਸੋ ਇਹ ਤੁਹਾਡੇ ਕਰਕੇ ਮੈਂ ਗਾਰੰਟੀ ਕਰ ਦਿੱਤੀ ਸੋ ਮਾਇ ਆ ਜਾਂਦੀ ਅਸੀਂ ਮਾਇ ਖਰਚੀ ਜਾਂਦੇ ਉੱਧਰ ਸੋ ਕੰਮ ਵਧੀ ਜਾਂਦੇ ਇਹ ਇਹ ਹੀ ਆ ਬਸ ਅੱਜਕੱਲ ਜਿੰਨੇ ਮਰਜੀ ਅਸੀਂ ਹੱਥ ਜੋੜ ਕੇ ਜੋ ਮਰਜ਼ੀ ਕਰ ਲਈਏ ਪਰ ਅੱਜਕੱਲ ਬਸ ਮਾਇ ਆ ਹੀ ਬੋਲਦੀ ਆ ਇਹ ਤੁਹਾਨੂੰ ਸੱਚਾਈ ਦਾ ਆ ਜੇ ਕੋਈ ਮਾਇ ਨਹੀਂ ਚਾਹ ਜੇ ਕੋਈ ਮਾਇ ਨਹੀਂ ਉੱਥੇ ਕਿਸੇ ਵਾਂ ਨਹੀਂ ਕਰ ਸਕਦੇ ਉਤੋਂ ਬਗੈਰ ਕੁਝ ਅਸੀਂ ਟਰੱਕ ਲਿਆ ਸਕਦੇ ਹਾਂ ਕਿਰਾਏ ਤੇ ਉੱਥੇ ਅੱਜ ਬਹੁਤ ਵੱਡੀਆਂ ਖਾਣੀਆਂ ਵੱਡੇ ਵੱਡੇ ਖਾਣੇ ਬੋਰੀਆਂ ਖਾਣੇ ਦੀਆਂ ਤਿਆਰ ਕੀਤੀਆਂ ਮਿਸਟਰ ਵਰਡੀ ਫੈਮਲੀ ਉਸੇ ਵਰਡੀ ਫੈਮਲੀ ਆ ਮਿਸਟਰ ਵਰਡੀ ਬਾਲ ਨਾਇਸਿਆਸ ਐਂਬੀਆ ਵਿਚ ਇਸ ਇੱਕ ਫੈਮਲੀ ਉਹਨੀ ਲੋਡ ਕਰਨਾ ਸਾਰਾ ਕੁਝ ਇੱਕ ਦੋ ਦਿਨ ਦੇ ਵਿੱਚ ਸਾਡੀ ਸੇਵਾ ਦਾ ਜਾਓਗੇ ਉਹ ਫੀ ਬੋਰਡਰ ਲੈ ਕੇ ਜਾਵਾਂਗੇ ਇਹ ਉੱਥੇ ਥਾਂ ਤਾਂ ਜਿੱਥੇ ਕੋਈ ਪਹੁੰਚਦਾ ਨਹੀਂਗਾ ਉੱਥੇ ਅਸੀਂ ਪਹੁੰਚੇ ਹਾਂ ਤੁਹਾਡੇ ਕਰਕੇ ਗੁਰੂ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਗਾਰੰਟੀ ਕਰਾਂਗੇ ਅਸੀਂ ਮੋਰੇ ਹੋ ਕੇ ਸੇਵਾ ਕਰੀ ਜਾਵਾਂਗੇ ਸੋ ਕਿੰਨੇ ਹੀ ਮੈਸੇਜ ਆ ਰਹੇ ਆ ਤੇ ਤੁਹਾਡੇ ਬਿਲਕੁਲ ਮੈਂ ਕਿ ਮੈਂ ਗੀਗਾ ਮਤਨ ਨਹੀਂ ਕਿਉਂਕਿ ਸਾਡੇ ਉੱਥੇ ਜਿੰਨਾ ਛੜੀ ਉੱਥੇ ਸੇਵਾ ਚੱਲ ਰਹੀ ਤੁਹਾਡੇ ਕੋਲ ਚੱਲ ਰਹੀ ਆ ਪਰ ਸਾਡੀ ਕੌਂਜ ਇਹੀ ਰੱਖਵੀਂ ਇਹੀ ਆ ਆਪਣੇ ਜਿਹੜੇ ਟੀਵੀ ਚੈਨਲ ਇਹ ਜਾਂ ਹੋਰ ਹੈ ਉਹ ਵੀ ਕੋਈ ਦਿਖਾਦਣਾ ਨਹੀਂ ਗਾ ਦੇਖ ਕੇ ਨੰਗ ਲੱਗ ਜਾਂਦੀ ਆ ਬੇ ਖਾਸ ਹੈ ਰਵੀ ਸਿੰਘ ਮੋਰੀ ਹੋਇਆ ਅਸੀਂ ਲੋਕ ਕਿਸੀ ਕੁਰਸੀ ਲੈਣੀ ਆ ਜਾਂ ਪ੍ਰਧਾਨਗਰ ਨਾਲ ਕੋਈ ਚੀਜ਼ ਦਾ ਇਹ ਸਾਨੂੰ ਖਾਰੀ ਇਹੀ ਕਾ ਹੋਰ ਨਹੀਂ ਕੁਝ ਖਾਰਿਆ ਸਾਰੀ ਦੁਨੀਆ ਵਿੱਚ ਸਿੱਖਾਂ ਨਾਲ ਰੋਸ਼ਨ ਹੋ ਰਿਹਾ ਪਰ ਆਪਣੇ ਬੰਦੇ ਦੇਖ ਕੇ ਸਰਦੇ ਹੋਰ ਨਹੀਂ ਕਾਈ ਇਹ 네ਗੇਟਿਵ ਪੁਆਇੰਟ ਆ ਪਰ ਕਰਨ ਦੀ ਬਹੁਤ ਜ਼ਰੂਰੀ ਗੱਲ ਆ ਇਹ ਸੋ ਬਸ ਸਾਨੂੰ ਤੁਹਾਨੂੰ ਪਤਾ ਹੀ ਵਸੇ ਸਿੱਧੇ ਜੋ ਕਹਿਨੇ ਕਰਦੇ ਚੱਲੀ ਜਾਂਦਾ ਤੇ ਜਦੋਂ ਮੈਂ ਹੁਣ ਠੀਕ ਹੋ ਗਿਆ ਅ ਸ਼ਾਇਦ ਅਸੀਂ ਵੀ ਜੁਆਇਨ ਕਰਾਂਗੇ ਉੱਥੇ ਅਫਰੀਕਾ ਵਿੱਚ ਜਾਂ ਲੈਬਨਾਨ ਜਾ ਕੇ ਫੇਰ ਪਰ ਸਾਡਾ ਕੰਮ ਚੱਲੀ ਜਾਂਦਾ ਸਰੀਨ ਰਫੀਜ਼ ਦਾ 4 ਸਾਲ ਬਿਲਕੁਲ ਮੋਰੇ ਹੋ ਕੇ ਕੰਮ ਚੱਲੀ ਜਾਂਦਾ ਅਸੀਂ ਧੰਨਵਾਦੀਆਂ ਪੰਜਾਬ ਦੀ ਟੀਮ ਅਮਰਪ੍ਰੀਤ ਸਿੰਘ ਹੋਣੀ ਜਿੱਦਾਂ ਗੁਰਪ੍ਰੀਤ ਸਿੰਘ ਜਪਨੀਤ ਸਿੰਘ ਹੋਣੀ ਸਾਰੀ ਜਿਹੜੀ ਟੀਮ ਆ ਉੱਥੇ ਪੰਜਾਬ ਦੇ ਵਿੱਚ ਹੁਣ ਹੀ ਦੇਖੋ ਪਹਿਲਾਂ ਲੋ ਹੰਗੀਆਂ ਮੁਸਲਮਾਨ ਜਿਹੜੇ ਬੰਗਲਾਦੇਸ਼ ਏ ਨਾਲ ਜੀਵਨ ਜੋ ਸਿੰਘ ਨਹੀਂ ਜਾ ਕੇ ਦੋ ਸਿੰਘਾਂ ਨੇ ਪਹਿਲਾ ਲੰਗਰ ਲਾਇਆ ਉੱਥੇ ਬੰਗਲਾਦੇਸ਼ ਪਿਛਲੇ ਅਗਸਤ ਅਕਤੂਬਰ ਦੇ ਵਿੱਚ ਦੋ ਦੋ ਬੰਦਿਆਂ ਨੇ ਅਮਰਪ੍ਰੀਤ ਸਿੰਘ ਜੀਵਨ ਜੋ ਸਿੰਘ ਸਵਾ ਲੱਖ ਦਾ ਸਪਿਰਿਟ ਆ ਇਹ ਤਾਂ ਹੀ ਸਵਾ ਲੱਖ ਦਾ ਕਰਕੇ ਸਪਿਰਿਟ ਅਸੀਂ ਕਰ ਸਕਦੇ ਹਾਂ ਸਾਰਾ ਕੁਝ ਸੋ ਸਾਰੀ ਸੋ ਸੰਜੋਸ ਨੂੰ ਗੁਰੂ ਨੇ ਦਿੱਤਾ ਸੋ ਜੀਵਨ ਜੋ ਸਿੰਘ ਅਮਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਾਡਾ ਇੱਕ ਹੋਰ ਨਿਕਾ ਜਿਹਾ ਬੰਗਲਾਦੇਸ਼ ਯਾਰਿਆ ਬੰਗਲਾਦੇਸ਼ ਵੀ ਕਈ ਲੋਕਾਂ ਨੇ ਜਾ ਕੇ ਪ੍ਰੈਸ ਲਈ ਸਾ ਕਿਤੇਆਂ ਕੀਤੀਆਂ ਅਸੀਂ ਆ ਕਰ ਰਹੇ ਕਰ ਰਹੇ ਉੱਥੇ ਰਹਿ ਕੇ ਮੁੜ ਕੇ 2 ਦੋ ਹਫ਼ਤੇ ਬਾਅਦ ਪੈਸੇ ਇਕੱਠੇ ਹੋ ਗਏ ਤਾਂ ਮੁੜ ਕੇ ਗਏ ਨਹੀਂ ਸਾਡਾ ਹੁਣ ਕੰਮ ਬੰਗਲਾਦੇਸ਼ ਚੱਲੀ ਜਾਂਦਾ ਉਹ ਤੇ ਅਸੀਂ ਗਾਰੰਟੀ ਦਿੱਤੀ ਹੋਇਆ 1000 ਪਰਿਵਾਰਾਂ ਨੂੰ ਆਰਮਿੰਗ ਨੇ ਖਾਣਾ ਦੇਣਾ ਇਹ ਨਹੀਂ ਪੇ ਜਾ ਕੇ ਪਹਿਲਾਂ ਦਿਖਾਉਂਦਾ ਫੇ ਪੈਸੇ ਇਕੱਠੇ ਕਰਕੇ ਬਾਕੇ ਸਾਡਾ ਕੰਮ ਬੰਗਲਾਦੇਸ਼ ਵੀ ਚੱਲੀ ਜਾਂਦਾ ਉਹ ਵੀ ਇਹ ਸਾਡੀ ਟੀਮ ਇੰਡੀਆ ਵਾਲੀ ਚੱਕ ਰਹੀ ਮੋਰ ਕੇ ਤੇ ਸਾਰਾ ਕੁਝ ਜੋ ਅਸੀਂ ਕਰ ਰਹੇ ਸਾਡੇ ਸੇਵਾਦਾਰ ਤੁਹਾਡੇ ਕਰਕੇ ਪਰ ਹਜ਼ਾਰਾਂ ਦਾ ਹਰ ਸਾਲ ਕਿੰਨਾ ਸਾਡਾ ਪ੍ਰੋਜੈਕਟ ਬੱਧ ਰਿਹਾ ਤੇ ਬਾਧ ਵੀ ਰਹੇ ਹੈ ਅਸਾ ਵੀ ਬਹੁਤ ਬਦਲਿਆ ਸਾਡੇ ਪ੍ਰੋਜੈਕਟ ਬਸ ਹੁਣ ਮੇਰੇ ਖਿਆਲ ਮੈਂ ਵੀ ਮੜੀਆਂ ਜਿਮ ਜਿਮ ਜੁਆਇਨ ਕਰ ਲਈਏ ਤਕੜੀ ਹੋ ਜੇ ਮੜ ਜੇ ਕਿਉਂਕਿ ਮੇਰੇ ਥਿੱਲੇ ਜਾਦੇ ਹੋ ਗਏ ਤੇ ਅਸੀਂ ਮੋਰੇ ਨਾਲ ਜੁੜੀਏ ਫਿਰ ਸੇਵਾਦਾਰਾਂ ਦੇ ਨਾਲ ਬਾ ਤੁਹਾਡਾ ਬਹੁਤ ਤੰਬਰ ਥੈਂਕ ਯੂ ਤੁਹਾਡੇ ਟਾਈਮ ਦਾ ਤੇ ਜੇ ਕੋਈ ਕੋਈ ਕੁਐਸਚਨ ਪੁੱਛਣਾ ਜੀ ਉਹ ਦੇਖਦਾ ਮੈਂ ਤੁਹਾਡੇ ਨੂੰ ਮੈਸੇਜ ਆ ਰਹੇ ਆ ਅਹ ਓਕੇ ਆਮ ਡੋਟ ਰੀਲੀ ਗੈਟਿੰਗ ਦੱਟ ਸੋ ਥੈਂਕ ਯੂ ਤੁਹਾਡਾ ਬਰ ਪਲੀਜ਼ ਜਿੰਨੇ ਮਰਜੀ ਗੰਦੇ ਪੋਲਿਟਿਕਸ ਹੋਣ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੋਣਾ ਸਪੈਸ਼ਲੀ ਜੇ ਤੁਸੀਂ ਸਿੱਖ ਇੰਡੀਆ ਵਿੱਚ ਰਹਿੰਦੇ ਪੰਜਾਬ ਵਿੱਚ ਰਹਿੰਦੇ ਨੇ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੋਣਾ ਜੋ ਮਰਜ਼ੀ ਹੋ ਜਵੇ ਜਿੰਨੇ ਮਰਜੀ ਤੁਹਾਡੇ ਕੋਲ ਜ਼ੋਰ ਪੈਣ ਜਿੰਨਾ ਮਰਜੀ ਗਲਤ ਪ੍ਰੋਪਾਗੈਂਡਾ ਹੋਵੇ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੋਣਾ ਤੁਸੀਂ ਬਸ ਉਹ ਗੁਰੂ ਜਿਹੜਾ ਸਰਬੱਤ ਦੇ ਭਲੇ ਦਾ ਆਪਣੀ ਸੋਚ ਸਮਝੋ ਅਜੇ ਦੇਖੋ ਗੁਰੂਆਂ ਨੇ ਕਿਸੇ ਧਰਮ ਦੇ ਖਿਲਾਫ ਨਹੀਂ ਹੋਏ ਅਸੀਂ ਸਾਰੀ ਜ਼ੁਲਮ ਦੇ ਖਿਲਾਫ ਨੇ ਜ਼ੁਲਮ ਦੇ ਕਿਸੇ ਧਰਮ ਦੇ ਖਿਲਾਫ ਨਹੀਂ ਨੇ ਇਹ ਹੀ ਮੇਰਾ 메시ਜ ਹੈ ਸੋ ਸਾਡਾ ਬਹੁਤ ਬਹੁਤ ਮੇਰਾ ਪਰਸਨਲੀ ਗੁਰੂ ਸਾਹਿਬਣੀ ਹੈ ਗੁਰੂ ਸਾਹਿਬਣੀ ਮੈਂ ਪਰਸਨਲੀ ਬਹੁਤ ਆਪਣੇ ਉਹ ਧੰਨਵਾਦ ਆਪਣੇ ਸਪੋਰਟਰਾਂ ਦਾ ਆਪਣੇ ਜਿਹੜੇ ਸਾਨੂੰ ਆਸਟ੍ਰੇਲੀਆ ਅਮਰੀਕਾ ਕੈਨੇਡਾ ਸਰਪਸਪੋਰਟ ਕਰ ਰਹੇ ਮੇਰਾ ਆਪਣੇ ਵੱਲੋਂ ਤੇਰੇ ਤੋਂ ਧੰਨਵਾਦ ਕਿਉਂਕਿ ਅਸੀਂ ਤਤ ਬੁਯਾਰ ਕੋਸ਼ਿਸ਼ ਕਰ ਨਹੀਂ ਸਕਦੇ ਸੋ ਥੈਂਕ ਯੂ ਵੈਰੀ ਮਚ ਐਂਡ ਅਸੀਂ ਸੇਵਾ ਚੱਕੀ ਜਾਣੀ ਤੇ ਤੁਸੀਂ ਸਾ ਨਾਲ ਕੰਮੋੜਾ ਜੋੜੇ ਰੱਖੋ ਮਾਈ ਗੁਰਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ